ਇੱਕ ਝੂਠ ਵੱਡੇ ਵੱਡੇ ਪਵਾੜੇ ਪਾ ਦਿੰਦਾ ਤੇ ਇੱਕ ਝੂਠ ਹੀ ਵੱਡੀਆਂ ਵੱਡੀਆਂ ਲੜਾਈਆਂ ਕਰਾ ਦਿੰਦਾ ਤੇ ਯੂਕੇ ਦੇ ਵਿੱਚ ਸਿਰਫ ਇੱਕ ਝੂਠ ਨੇ ਪੂਰੇ ਦੇ ਪੂਰੇ ਦੰਗੇ ਕਰਵਾ ਦਿੱਤੇ ਤੇ ਯੂਕੇ ਦੇ ਵੱਡੇ ਸ਼ਹਿਰ ਦੇ ਵਿੱਚ ਲੋਕ ਆਪਸ ਵਿੱਚ ਪੜਨ ਲੱਗ ਗਏ ਕੀ ਕਰਨਾ ਕਿਹੋ ਜਿਹਾ ਝੂਠ ਸੀਗਾ ਇਹ ਤੇ ਇਹ ਝੂਠ ਨੂੰ ਫਿਲਟਰ ਕਰਨ ਵਾਸਤੇ ਕੋਈ ਬੰਦੇ ਦਾ ਦਿਮਾਗ ਵੀ ਨਹੀਂ ਹੈਗਾ ਸੀ ਹੰਦੀਪਾ ਸਾਹਿਬ ਇੱਕ ਝੂਠ ਦੇ ਨਾਲ ਕੀ ਕੁਝ ਵਾਪਰ ਸਕਦਾ ਜੇ ਇਹ ਕਿਸੇ ਨੇ ਇਸ ਵੇਲੇ ਦੇਖਣਾ ਹੋਵੇ ਪ੍ਰੈਕਟੀਕਲੀ ਜਾਂ ਐਗਜ਼ਾਮਪਲ ਦੇਖਣੀ ਹੋਵੇ ਕਿ ਇੱਕ ਝੂਠ ਕਿੰਨਾ ਕੁ ਜ਼ਿਆਦਾ ਲੀਥਲ ਸਾਬਤ ਹੋ ਸਕਦਾ ਤਾਂ ਉਹ ਸਭ ਤੋਂ ਵੱਡੀ ਐਗਜ਼ਾਮਪਲ ਹੈ ਇਸ ਵੇਲੇ ਯੂਨਾਈਟਿਡ ਕਿੰਗਡਮ ਦੀ ਲਈ ਜਾ ਸਕਦੀ ਹੈ ਯੂਨਾਈਟਿਡ ਕਿੰਗਡਮ ਦੇ ਵਿੱਚ ਇਸ ਵੇਲੇ ਦੰਗੇ ਹੋ ਰਿਹਾ ਇੰਟਰਨੈਟ ਤੇ ਫਲਾਈ ਗਈ ਗਲਤ ਇਨਫੋਰਮੇਸ਼ਨ ਦੇ ਕਾਰਨ ਲੋਕ ਆਪਸ ਦੇ ਵਿੱਚ ਲੜ ਰਹੇ ਆ ਤੁਹਾਨੂੰ ਯਾਦ ਹੋਵੇਗਾ ਮਈ 2024 ਦੇ ਵਿੱਚ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਰਿਸ਼ੀ ਸੂਨਕ ਹੋਰਾਂ ਨੇ ਜਦੋਂ ਵਾਰਨਿੰਗ ਦਿੱਤੀ ਸੀਗੀ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਯੂਕੇ ਦੇ ਲਈ ਕਾਫੀ ਭਾਰੀ ਹੋ ਸਕਦਾ ਉਹਦੇ ਵਿੱਚ ਬਹੁਤ ਜ਼ਿਆਦੀ ਅਨਰੈਸਟ ਹੋ ਸਕਦੀ ਹੈ ਹਾਲਾਂਕਿ ਉਹਨਾਂ ਨੇ ਤਾਂ ਕਿਹਾ ਸੀ ਕਿ ਪਿਛਲੇ 30 40 ਸਾਲਾਂ ਦੇ ਵਿੱਚ ਵੀ ਇਹੋ ਜਿਹਾ ਕੁਝ ਨਹੀਂ ਹੋਇਆ ਇਹ ਤਾਂ ਅਗਲੇ ਆਉਣ ਵਾਲੇ 3-4 ਸਾਲਾਂ ਵਿੱਚ ਹੀ ਹੋ ਜਾਣਾ ਹੈ ਤੇ ਇਹ ਆਪਾਂ ਦੇਖ ਲਿਆ ਕਿ 3-4 ਸਾਲ ਤਾਂ ਦੂਰ ਦੀ ਗੱਲ ਆ 3-4 ਮਹੀਨੇ ਹੀ ਹੋਏ ਆ ਜੀ ਉਸ ਗੱਲ ਨੂੰ ਹੁਣ ਉੱਥੇ ਜੋ ਦੰਗੇ ਹੋ ਰਹੇ ਆ ਉਹਨਾਂ ਦੰਗਿਆਂ ਨੇ ਬਲੈਟਸਬ ਪਿਛਲੇ 13 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਇਹਨਾਂ ਦੰਗਿਆਂ ਦੇ ਵਿੱਚ ਰਸ਼ੀਆ ਨੂੰ ਬਲੇਮ ਕੀਤਾ ਜਾ ਰਿਹਾ ਹੈ ਕਿ ਗਲਤ ਇਨਫੋਰਮੇਸ਼ਨ ਕੁਝ ਹਫ਼ਤਿਆਂ ਦੇ ਵਿੱਚ ਹੌਲੀ-ਹੌਲੀ ਇੰਜੈਕਟ ਕੀਤੀ ਹੈ ਰਸ਼ੀਆ ਦੇ ਮਲਟੀਪਲ ਯੂਜ਼ਰਸ ਨੇ ਮਾਮਲਾ ਬਲੈਟਸਬ ਸਾਰਾ ਇੱਕ ਰੀਸੈਂਟ ਨਾਈਫ ਅਟੈਕ ਦੇ ਨਾਲ ਰਿਲੇਟਡ ਹੈਗਾ ਯੂਕੇ ਦੇ ਸਾਊਥਪੋਰਟ ਸ਼ਹਿਰ ਦੇ ਵਿੱਚ ਇੱਕ ਡਾਂਸ ਕਲਾਸ ਚੱਲ ਰਹੀ ਸੀਗੀ 5 ਤੋਂ 7 ਸਾਲ ਦੇ ਛੋਟੇ ਬੱਚੇ ਟੇਲਰ ਸਵਿਫਟ ਦੇ ਗਾਣਿਆਂ ਦੇ ਉੱਤੇ ਪ੍ਰੈਕਟਿਸ ਕਰ ਰਹੇ ਸੀਗੇ ਉਸ ਵੇਲੇ ਅਚਾਨਕ ਇੱਕ 17 ਸਾਲਾਂ ਦਾ ਮੁੰਡਾ ਜਿਹਦਾ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਵੈਰ ਵਿਰੋਧ ਨਹੀਂ ਹੁੰਦਾ ਤੇ ਉਹ ਸਣਕੀ ਕਿਸਮ ਦਾ ਮੁੰਡਾ ਆਉਂਦਾ ਉਹ ਇੱਕ ਚਾਕੂ ਚੱਕਦਾ ਤੇ ਚਾਕੂ ਦੇ ਨਾਲ ਉਹ ਇਹਨਾਂ ਛੋਟੇ ਬੱਚੇ ਬੱਚੀਆਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਇਸ ਅਟੈਕ ਦੇ ਵਿੱਚ ਬੜਾ ਸਭ ਕਈ ਬੱਚੇ ਤਾਂ ਇੰਜਰਡ ਹੋ ਗਏ ਸੀਗੇ ਤੇ ਅਨਫੋਰਚੂਨੇਟਲੀ ਤਿੰਨ ਛੋਟੀਆਂ ਬੱਚੀਆਂ ਦੀ ਡੈਥ ਹੋ ਗਈ ਸੀ ਜਿਨ੍ਹਾਂ ਦੀ ਉਮਰ 6 ਸਾਲ ਤੋਂ 9 ਸਾਲ ਸੀਗੀ। ਸੋ ਯੂਕੇ ਦੀ ਗਵਰਨਮੈਂਟ ਨੇ ਸੋਚਿਆ ਇਹ ਕਿ ਇਸ ਅਟੈਕਰ ਦੀ ਉਮਰ ਕਿਉਂਕਿ 17 ਸਾਲ ਹੈ ਇਹਦੀ ਆਈਡੈਂਟੀਟੀ ਆਪਾਂ ਪਬਲਿਕ ਨਹੀਂ ਕਰਦੇ। ਆਈਡੈਂਟੀਟੀ ਪਬਲਿਕ ਕੀਤੀ ਨਹੀਂ ਜਾ ਸਕਦੀ ਆਪਾਂ ਦੇਖਦੇ ਹਾਂ 18 ਸਾਲ ਤੋਂ ਜਿਨ੍ਹਾਂ ਦੀ ਉਮਰ ਘੱਟ ਹੁੰਦੀ ਹੈ। ਪਰ ਇਹ ਸਟ੍ਰੈਟਜੀ ਇਹਨਾਂ ਦੀ ਜਿਹੜੀ ਸੀਗੀ ਉਹ ਬੈਕਫਾਇਰ ਕਰ ਗਈ। ਲੋਕਾਂ ਨੂੰ ਲੱਗਿਆ ਕਿ ਸਰਕਾਰ ਜਾਣ ਬੁੱਝ ਕੇ ਹਮਲਾਵਰ ਦਾ ਸਾਥ ਦੇ ਰਹੀ ਹੈ ਤੇ ਉਧਰੋਂ ਜਿਹੜੇ ਸੋਸ਼ਲ ਮੀਡੀਆ ਤੇ ਭੜਕਾਊ ਅਨਸਰ ਸੀਗੇ ਉਹਨਾਂ ਨੇ ਫੈਲਾ ਦਿੱਤਾ ਕਿ ਇਹ ਤਾਂ ਇੱਕ ਇਲੀਗਲ ਇਮੀਗਰੈਂਟ ਆ ਜਿਹੜਾ ਕੁਝ ਮਹੀਨੇ ਪਹਿਲਾਂ ਹੀ ਇੱਥੇ ਆਇਆ ਤੇ ਸਰਕਾਰ ਇਹੀ ਕੁਝ ਚਾਹੁੰਦੀ ਹੈ ਇਲੀਗਲ ਇਮੀਗਰੈਂਟ ਇੱਥੇ ਆਉਣ ਇੱਥੋਂ ਦੇ ਜਿਹੜੇ ਨੇਟਿਵ ਲੋਕ ਆ ਜਿਹੜੇ ਵਾਈਟ ਲੋਕ ਆ ਉਹਨਾਂ ਦਾ ਨੁਕਸਾਨ ਹੋ ਜਾਵੇ ਉਹ ਸਾਰਾ ਕੁਝ ਜਾਣ ਬੁੱਝ ਕੇ ਝੂਠ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤਾ ਗਿਆ ਉਸ ਮੁੰਡੇ ਦਾ ਇੱਕ ਜਾਲੀ ਨਾਮ ਵੀ ਦੱਸ ਦਿੱਤਾ ਇਹ ਵੀ ਕਹਿ ਦਿੱਤਾ ਕਿ ਮੁਸਲਮ ਭਾਈਚਾਰੇ ਦਾ ਇਹਦੇ ਨਾਮ ਪਿੱਛੇ ਅਲੀ ਲੱਗਦਾ ਹੈ ਇਸ ਤੋਂ ਬਾਅਦ ਬ੍ਰਾਟਸਾਬ ਉੱਥੇ ਇਹ ਦੰਗਿਆਂ ਦੀ ਅੱਗ ਫੈਲ ਗਈ ਯੂਕੇ ਦੇ ਜਿਹੜੇ ਰਾਈਟ ਵਿੰਗ ਵਾਲੇ ਸੀਗੇ ਉਹ ਵੀ ਸੜਕਾਂ ਤੇ ਆ ਗਏ ਵਾਈਟ ਲੋਕ ਵੀ ਸੜਕਾਂ ਤੇ ਆ ਗਏ ਨੌਨ ਵਾਈਟ ਵੀ ਸੜਕਾਂ ਦੇ ਉੱਤੇ ਆ ਗਏ ਹਾਲਾਂਕਿ ਪਤਾ ਇਹ ਲੱਗਿਆ ਕਿ ਉਸ ਮੁੰਡੇ ਦਾ ਨਾਮ ਐਲੈਕਸ ਮੁਗਨਵਾਯਾ ਤੇ ਉਹਦੇ ਪੇਰੈਂਟਸ ਰਵਾਂਡਾ ਦੇਸ਼ ਦੇ ਨਾਲ ਸੰਬੰਧਤ ਆ ਪਰ ਇਹ ਪਰਿਵਾਰ ਪਿਛਲੇ ਇੱਕ ਡੈਕੇਡ ਤੋਂ ਵੱਧ ਤੋਂ ਵੀ ਇਥੇ ਯੂਕੇ ਦੇ ਵਿੱਚ ਹੀ ਰਹਿ ਰਹੇ ਆ ਇਹ ਮੁੰਡਾ ਯੂਕੇ ਦੇ ਵਿੱਚ ਹੀ ਪੜਿਆ ਹੈ ਤੇ ਇਸ ਘਟਨਾ ਤੋਂ ਬਰਾਦ ਸਭ ਇੱਕ ਜਾਲੀ ਕਹਾਣੀ ਬਣਾ ਕੇ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਹੈ ਬਿਲਕੁਲ ਜੀ ਇੱਥੇ ਤੁਹਾਨੂੰ ਜਿੰਨੇ ਵੀ ਦੰਗੇ ਹੁੰਦੇ ਆ ਦੰਗੇ ਜ਼ਿਆਦਾਤਰ ਜਾਤਾਂ ਦੇ ਹਿਸਾਬ ਨਾਲ ਹੀ ਹੋ ਜਾਂਦੇ ਵੀ ਇਹ ਉਹ ਜਾਤ ਦਾ ਇਹ ਉਹ ਧਰਮ ਦਾ ਹੈਗਾ ਮੈਨੂੰ ਲੱਗਦਾ ਜਿਹੜੇ 100% ਜਿੱਕੇ ਦੰਗਿਆਂ ਦਾ ਗਿਣਨੇ ਹੋਣ ਤਾਂ ਵਿੱਚੋਂ 80 90% ਤਾਂ ਸਿਰਫ ਆਹੀ ਰੌਲੇ ਰੱਪੇ ਕਰਕੇ ਆ ਇਸ ਜਾਤ ਦੇ ਨੇ ਐਂ ਕਰਤਾ ਸੀਗਾ ਇਹਨੇ ਸਾਨੂੰ ਫਲਾਨਾ ਕਰਤਾ ਇਹ ਸلسਲਾ ਇੰਡੀਆ ਦੇ ਵਿੱਚ ਵੀ ਸੀਗਾ ਤੇ ਵੈਸੇ ਵਰਲਡ ਦੇ ਵਿੱਚ ਤਾਂ ਸੀਗਾ ਪਰ ਹੁਣ ਥੋੜਾ ਥੋੜਾ ਵੈਸਟਰਨ ਦੇ ਵਿੱਚ ਵੀ ਜਿਹੜਾ ਵਧਦਾ ਜਾਂਦਾ ਬਰੈਟਸ ਦਾ ਬਸਤਰ ਹੈ ਕਿ ਜਿਹੜੀ ਰੇਸ ਦੇ ਆਧਾਰਤ ਦੰਗੇ ਹੈਗੇ ਨੇ ਉਹ ਅੱਜ ਤੋਂ ਨਹੀਂ ਸਦੀਆਂ ਤੋਂ ਹੁੰਦੇ ਆ ਰਹੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਹੁੰਦੇ ਨੇ ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਮੈਂ ਜਿਸ ਸਮੁਦਾਇ ਤੋਂ ਜਿਸ ਜਾਤੀ ਤੋਂ ਆਉਣਾ ਹੈ ਜਿਸ ਕਮਿਊਨਿਟੀ ਤੋਂ ਆਉਣਾ ਹੈ ਮੇਰੀ ਕਮਿਊਨਿਟੀ ਸਭ ਤੋਂ ਜ਼ਿਆਦਾ ਸੁਪਰੀਮ ਆ ਹਾਲਾਂਕਿ ਇੱਥੇ ਜਿਹੜਾ ਟੀਕਾ ਲਾਇਆ ਗਿਆ ਉਹ ਇਸ ਤਰੀਕੇ ਨਾਲ ਲਾਇਆ ਗਿਆ ਜਿਹੜੇ ਵਾਈਟ ਲੋਕ ਨੇ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਡਿਵੀਜ਼ਨ ਯੂਕੇ ਦੇ ਵਿੱਚ 82% ਬਲੱਡਸਬ ਵਾਈਟ ਨੇ 18% ਨਾਨ ਵਾਈਟ ਨੇ ਇੱਥੇ ਵਾਈਟ ਲੋਕਾਂ ਦੀ ਜਿਹੜੀ ਪੋਪੂਲੇਸ਼ਨ ਆ ਉਹ ਲਗਾਤਾਰ ਡਿੱਪ ਕਰਦੀ ਜਾ ਰਹੀ ਹੈ ਉਹਨਾਂ ਦੀ ਫਰਟੀਲਿਟੀ ਰੇਟ ਦਾ ਬਹੁਤ ਵੱਡਾ ਚੱਕਰ ਹੈ ਨਾਨ ਵਾਈਟ ਦੀ ਜਿਹੜੀ ਪੋਪੂਲੇਸ਼ਨ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਸੋ ਜਿਹੜੇ ਵਾਈਟ ਲੋਕ ਨੇ ਜਿਹੜੇ ਐਕਸਟ੍ਰੀਮ ਨੇ ਐਕਸਟ੍ਰੀਮ ਰਾਈਟ ਵਿੰਗ ਨੇ ਉਹਨਾਂ ਦੇ ਮਾਈਂਡ ਦੇ ਵਿੱਚ ਇਸ ਵੇਲੇ ਇਹ ਚੱਲ ਰਿਹਾ ਹੈ ਕਿ ਜੇ ਇਹ سلسلہ ਲਗਾਤਾਰ ਵਧਦਾ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਵਾਈਟ ਦੀ ਪੋਪੂਲੇਸ਼ਨ 50 ਤੋਂ ਵੀ ਥੱਲੇ ਆ ਜਾਣੀ ਹੈ ਨਾਨ-ਵਾਈਟ 50% ਤੋਂ ਪਲੱਸ ਹੋ ਜਾਣੇ ਹੈ ਯੂਕੇ ਨਾਨ-ਵਾਈਟ ਦੇ ਹੱਥਾਂ ਵਿੱਚ ਚਲਿਆ ਜਾਣਾ ਹੈ ਯੂਕੇ ਦੇ ਵਿੱਚ ਜਿਹੜੇ ਇਲੈਕਸ਼ਨ ਹੋਣਗੇ ਉਹਨਾਂ ਨੂੰ ਡਿਸਾਈਡ ਵੀ ਨਾਨ-ਵਾਈਟ ਕਰਨਗੇ ਸੋ ਇਸ ਤਰੀਕੇ ਨਾਲ ਇਹ ਵੀ ਇੱਕ ਤਰੀਕੇ ਨਾਲ ਰੰਗ ਦੇ ਆਧਾਰਤ ਇੱਕ ਕਿਸਮ ਦਾ ਭੇਦ ਭਾਵਿਆ ਜੀ ਤਾਂ ਉਹ ਸਾਰਾ ਜਿਹੜਾ ਮਾਮਲਾ ਆ ਜਿਹੜੇ ਵਾਈਟ ਲੋਕ ਸੜਕਾਂ ਦੇ ਉੱਤੇ ਉਹ ਇਸੇ ਕਰਕੇ ਨੇ ਹਾਲਾਂਕਿ ਇਹ ਮਾਮਲਾ ਬਿਲਕੁਲ ਵੀ ਰੰਗ ਦੇ ਆਧਾਰ ਤੇ ਨਹੀਂ ਸੀਗਾ ਜਾਂ ਇਮੀਗ੍ਰੇਸ਼ਨ ਦੇ ਕਿ ਉਹ ਬੰਦੇ ਯੂਕੇ ਦੇ ਨਾਲ ਰਿਲੇਟਡ ਹੈਗੇ ਆ ਕਿ ਨਹੀਂ ਹੈਗੇ ਉਹਦੇ ਨਾਲ ਰਿਲੇਟਡ ਨਹੀਂ ਸੀ ਪਰ ਟਵਿੱਟਰ.com ਜਿਹੜਾ ਹੈਗਾ ਇਸ ਵੇਲੇ ਜਿਹਨੂੰ X.com ਕਹਿੰਦੇ ਆ ਉਸ ਪਲੇਟਫਾਰਮ ਦਾ ਮਿਸਯੂਜ਼ ਕੀਤਾ ਗਿਆ ਉਹਦੀ ਵਜ੍ਹਾ ਤੋਂ ਹੀ ਸਾਰਾ ਖਲਾਰਾ ਪਿਆ ਇਹਦੇ ਵਿੱਚ ਮੈਂ ਇਹਦਾ ਵੀ ਜ਼ਿਕਰ ਕਰ ਦਿੰਨਾ ਹੈ ਜਿੰਨੇ ਵੀ ਹੋਰ ਬਰਾਡਸਪ ਆਪਾਂ ਹੋਰ ਪਲੈਟਫਾਰਮ ਯੂਜ਼ ਕਰਦੇ ਆਂ ਸੋਸ਼ਲ ਮੀਡੀਆ ਦੇ ਨਾਲ ਰਿਲੇਟਡ ਹਰ ਇੱਕ ਦੇ ਉੱਤੇ ਜਿਹੜੀ ਫਾਲਸ ਇਨਫੋਰਮੇਸ਼ਨ ਪਾਉਣ ਦੇ ਉੱਤੇ ਬੰਦੇ ਨੂੰ ਖਤਰਾ ਹੁੰਦਾ ਕਿ ਮੇਰਾ ਅਕਾਊਂਟ ਆ ਜਿਹੜਾ ਡਿਲੀਟ ਹੋ ਜਾਊਗਾ ਪਰ ਇਲਨ ਮਸਕ ਸਾਹਿਬ ਨੇ ਕਿਹਾ ਸੀਗਾ ਕਿ ਫਰੀडम ਆਫ ਸਪੀਚ ਮੈਂ ਦੇਊਗਾ ਜਿਹਦਾ ਜੋਦਲ ਕਰਦਾ ਉਹ ਬੋਲ ਸਕਦਾ ਪਰ ਇੰਨੇ ਗੰਦੇ ਤਰੀਕੇ ਨਾਲ ਉਹਦਾ ਯੂਜ਼ ਹੋਊ ਉਹਨਾਂ ਨੇ ਸੋਚਿਆ ਨਹੀਂ ਸੀਗਾ ਹੁਣ x.com ਦੇ ਉੱਤੇ ਰਸ਼ੀਆ ਦੇ ਬਹੁਤ ਸਾਰੇ ਯੂਜ਼ਰਸ ਪਹੁੰਚੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਝੂਠ ਫਲਾਇਆ ਤੇ ਉਹਨਾਂ ਨੂੰ ਕੋਈ ਖਤਰਾ ਵੀ ਨਹੀਂ ਸੀਗਾ ਵੈਰੀਫਾਈਡ ਅਕਾਊਂਟ ਵੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਤੇ ਲਗਾਤਾਰ ਜਿਹੜੇ ਦੰਗੇ ਆ ਉਹ ਇਹਨਾਂ ਅਕਾਊਂਟਾਂ ਦੀ ਵਜ੍ਹਾ ਕਰਕੇ ਇਹਨਾਂ ਅਕਾਊਂਟਾਂ ਤੇ ਪਈਆਂ ਪੋਸਟਾਂ ਦੀ ਵਜ੍ਹਾ ਕਰਕੇ ਫੈਲੇ ਆ ਬਿਲਕੁਲ ਜੀ ਇੱਥੇ ਸੋਸ਼ਲ ਮੀਡੀਆ ਦਾ ਪ੍ਰਭਾਵ ਦੇਖਣਾ ਹੋਵੇ ਤਾਂ ਪ੍ਰਭਾਵ ਤੋਂ ਪਤਾ ਲੱਗਦਾ ਕਿ ਜਿਹੜਾ ਪ੍ਰਭਾਵ ਇੱਥੋਂ ਤੱਕ ਪਹੁੰਚ ਗਿਆ ਕਿ ਲੜਾਈ ਕਰਨ ਵਾਸਤੇ ਬੰਦੇ ਰੱਖਣੇ ਪੈਂਦੇ ਆ ਕੰਪਿਊਟਰ ਰੱਖਣੇ ਪੈਂਦੇ ਆ ਬੰਦੇ ਇਹੋ ਜਿਹੇ ਜਿਹੜੇ ਸ਼ਾਰਪ ਅਨਸਰ ਦੇ ਸਕਣਨ ਤੇ ਇਸ ਤਰ੍ਹਾਂ ਦਾ ਸਿਸਟਮ ਵੀ ਅੱਜਕੱਲ ਬੜਾ ਚੱਲਿਆ ਵਾ ਬਿਲਕੁਲ WhatsApp ਇਹ ਆਪਾਂ ਦੇਖਿਆ ਕਿ ਕਿਸੇ ਵੀ ਦੇਸ਼ ਦੇ ਵਿੱਚ ਜੇ ਕਿਤੇ ਮਾਮਲਾ ਥੋੜਾ ਜਿਹਾ ਹੋਵੇ ਤਾਂ ਜਿਹੜਾ ਉਹਦਾ ਵਿਰੋਧੀ ਮੁਲਕ ਹੁੰਦਾ ਉਹਦੇ ਲਈ ਇਹ 골ਡਨ opportunity ਹੁੰਦੀ ਹੈ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਫਿਰ ਉਹਨਾਂ ਦੇ WhatsApp account name ਇਸ ਤਰੀਕੇ ਦੇ ਹੁੰਦੀ ਹੈ ਕਿ ਕੋਈ identify ਨਹੀਂ ਕਰ ਸਕਦਾ ਕਿ ਕਿਹੜੇ ਮੁਲਕ ਦੇ ਵਿੱਚ ਇਹਨਾਂ ਦੇ based ਹੈਗੇ ਨੇ ਕਿੱਥੋਂ ਇਹ ਚੱਲ ਰਹੇ ਨੇ ਤੇ ਉਸ ਤਰੀਕੇ ਨਾਲ ਹੀ ਐਕਟ ਕਰਦੇ ਆ ਕਿ ਜਿਵੇਂ ਹੁਣ ਯੂਕੇ ਦੇ ਵਿੱਚ ਲੜਾਈ ਹੋ ਰਹੀ ਹੈ ਤਾਂ ਇਹਨਾਂ ਅਕਾਊਂਟਸ ਨੇ ਇਸ ਤਰ੍ਹਾਂ ਪ੍ਰੀਟੈਂਡ ਕੀਤਾ ਕਿ ਅਸੀਂ ਸਾਰੇ ਯੂਕੇ ਦੇ ਵਾਸੀ ਆ ਸੋ ਇਸ ਤਰੀਕੇ ਦੇ ਨਾਲ ਇੱਕ ਬਲ ਦੀ ਅੱਗ ਦੇ ਉੱਤੇ ਹੋਰ ਤੇਲ ਪਾਉਣ ਦਾ ਕੰਮ ਇੱਕ ਸلسਲਾ ਜਿਹੜਾ ਉਹ ਜਾਰੀ ਹੈ